सत श्री अकाल जी, विजन पंजाब एंटरटेनमेंट देख रहे हो तुसी, ते मैं हाँ तुहाडे नाल मुक्ता, ते मेरे नाल है पंजाबी इंडस्ट्री दी मोस्ट अवेटेड मूवी लोंगलाची 2 दी स्टार कास्ट एमी विर्क ते नीरू बाजवा। सत श्री अकाल जी। सत श्री अकाल। प्यार से सत श्री अकाल। किदा हाल चाल है? बहुत चढ़दी गई। ट्रेलर ਕਿਵੇਂ ਦਾ ਲੱਗਿਆ? ਸਭ ਤੋਂ ਜ਼ਿਆਦਾ ਵਧੀਆ ਕੀ ਲੱਗਿਆ ਟ੍ਰੇਲਰ ਦੇ ਵਿੱਚ? ਟ੍ਰੇਲਰ ਦੇ ਵਿੱਚ ਤਾਂ ਪਹਿਲਾਂ ਤਾਂ ਬੰਦਾ ਆਪਣਾ ਆਪ ਹੀ ਦੇਖਦਾ ਹੈ ਨਾ, ਆਪਾਂ ਫੋਟੋ ਵੀ ਜਦੋਂ ਕੋਈ ਚਾਹੀਏ ਜ਼ੂਮ ਕਰਕੇ ਆਪਣਾ ਵੇਖੀ ਦੇ ਪਹਿਲਾਂ, ਦੂਜੇ ਸਾਈਡਾਂ ਦੇ ਬਿੰਗਾ ਸਿੱਧਾ ਮੂੰਹ ਆਣਾ ਜਿਵੇਂ ਜੇ ਮਰਜ਼ੀ ਹੋਵੇ। ਸੋ ਟ੍ਰੇਲਰ ਬਹੁਤ ਵਧੀਆ ਸੀ ਜਨਰਲੀ। ਮੈਨੂੰ ਇੱਕ ਪਾਰਟਿਕੂਲਰ ਜੋ ਮੂਮੈਂਟ ਆ ਜਦੋਂ ਧੁੱਪ ਪੈ ਰਹੀ ਆ ਤੇ ਅੰਬਰ ਜੀ ਦੇਖਦੇ ਆ ਤੇ ਉਹ ਚਾਦਰਾ ਖੋਲਦੇ ਆ, ਮੈਂ ਡਰ ਆ, ਉਹ ਪਾਉਂਦੇ ਨਹੀਂ ਸੀ ਟ੍ਰੇਲਰ 'ਚ, ਮੈਂ ਧੱਕੇ ਨਾਲ ਪਾਇਆ। ਇਟ ਵਾਸ ਅਮੇਜ਼ਿੰਗ। ਤੇ ਫਿਰ ਐਮੀ ਜੀ ਆਉਂਦੇ ਆ ਅੰਬ੍ਰੈਲਾ ਨਾਲ, ਚਤਰੀ ਨਾਲ, ਉਹ ਮੇਰਾ ਸਭ ਤੋਂ ਫੇਵਰਿਟ ਮੂਮੈਂਟ। ਮਤਲਬ ਤੁਸੀਂ ਟ੍ਰੇਲਰ ਦੇਖ ਕੇ ਸੈਟੀਸਫਾਈ ਹੋ ਕਿ ਬਣਿਆ ਵਧੀਆ ਆ? 100% 1000%। ਓਕੇ, ਜਦੋਂ ਨੀਰੂ ਮੈਮ ਦੇ ਨਾਲ ਕੰਮ ਕਰਦੇ ਹੋ ਸੈਟ ਦੇ ਉੱਤੇ, ਬਹੁਤ ਜ਼ਿਆਦਾ ਸੀਨੀਅਰ ਆਰਟਿਸਟ ਨੇ ਤੁਹਾਡੇ ਤੋਂ, ਕਦੇ ਇੱਦਾਂ ਮਨ ਦੇ ਵਿੱਚ ਡਰ ਨਹੀਂ ਆਇਆ ਕਿ ਮੈਂ ਜੇ ਕੁਝ ਗਲਤ ਕਰਤਾ ਮਾੜਾ ਜਿਹਾ ਵੀ ਉਹ ਕੀ ਸੋਚਣਗੇ ਮੇਰੇ ਬਾਰੇ? ਇਹਨਾਂ ਦੀ ਜੋ ਨੌਲੇਜ ਹੈ, ਮੈਨੂੰ ਲੱਗਦਾ ਇਹਨਾਂ ਨੂੰ ਬਣਨਾ ਚਾਹੀਦਾ ਡਾਇਰੈਕਟਰ ਬਹੁਤ ਹੀ ਜਲਦੀ। ਮਤਲਬ ਇਹਨਾਂ ਨੂੰ ਕੈਮਰਾ ਬਾਰੇ, ਮੇਰੇ ਸਾਰੇ ਲਾਈਨਸ ਇਹਨਾਂ ਨੂੰ ਯਾਦ ਸੀ, ਮੈਂ ਕਦੇ ਕਦੇ ਭੁੱਲ ਜਾਂਦੀ ਸੀ, ਮੈਨੂੰ ਇਹ ਮੈਨੂੰ ਦੱਸੀ ਸੀ ਵੀ ਨਹੀਂ ਆਹ ਲਾਈਨ ਆ। ਸੋ ਪੂਰਾ ਜੋ ਸੀਨ ਆ ਇਹਨਾਂ ਨੂੰ ਯਾਦ ਸੀ। ਸੋ ਹੀ ਇਜ਼ ਨਾਟ ਯੂ ਨੋ, ਆਈ ਵਾਸ ਲਰਨਿੰਗ ਫਰਮ ਹਿਮ। ਉਹਨਾਂ ਨੂੰ ਅੰਦਰੋਂ ਡਰ ਹੋਣਾ। ਡਰ ਵਾਲੀ ਗੱਲ ਉਹ ਨੀਰੂ ਜੀ ਨੇ, ਉਹ ਰਿਸ਼ਮਣ ਥੋੜਾ ਨੇ। ਹਾਂ, ਮੈਨੂੰ ਵੀ ਨਹੀਂ ਸੀਨ। ਓਕੇ, ਤੇ ਨੀਰੂ ਜਦੋਂ ਤੁਹਾਡੇ ਕੋਲ ਸਕ੍ਰਿਪਟ ਆਉਂਦੀ ਹੈ, ਓਨੈਸਟਲੀ ਦੱਸਿਓ ਕਿ ਜਦੋਂ ਆਉਂਦੀ ਹੈ ਪੜ੍ਹਦੇ ਹੋ ਤੁਸੀਂ, ਡਿਸਕਸ ਕਰਦੇ ਹੋ ਆਪਣੇ ਹਸਬੈਂਡ ਦੇ ਨਾਲ ਕਿ ਮੇਰੇ ਕੋਲ ਇੱਦਾਂ ਦਾ ਕਰੈਕਟਰ ਆਇਆ ਹੈ? ਨਹੀਂ, ਐਕਚੁਅਲੀ ਮੈਂ ਆਪਣਾ ਕੰਮ ਡਿਸਕਸ ਨਹੀਂ ਕਰਦੀ ਆਪਣੇ ਹਸਬੈਂਡ ਨਾਲ, ਜਾਂ ਮਤਲਬ ਆਈ ਆਲਵੇਜ਼ ਸੇ ਕਿ ਆਹ ਫਿਲਮ ਹੈ, ਆਹ ਕਰ ਰਹੀ ਹਾਂ, ਮੈਨੂੰ ਬਹੁਤ ਇਹ ਲੱਗ ਰਿਹਾ, ਵਧੀਆ ਲੱਗ ਰਿਹਾ। ਬਟ ਪੰਜਾਬੀ ਇੰਡਸਟਰੀ 'ਚ ਇੱਕ ਤਾਂ ਸਕ੍ਰਿਪਟਾਂ ਬਹੁਤ ਘੱਟ ਮਿਲਦੀਆਂ ਨੇ, ਐਂਡ ਜਿੱਥੇ ਵੀ ਮਤਲਬ ਓਬਵੀਅਸਲੀ ਅਮਰਦੀਪ ਸਿੰਘ ਹੈ, ਉੱਥੇ ਸਰੈਂਡਰ ਹੀ ਕਰੀਦਾ, ਕਿਉਂਕਿ ਯੂ ਨੋ ਕਿ ਹੀ ਇਜ਼ ਗੋਇੰ ਟੂ ਮੇਕ ਸਮਥਿੰਗ ਐਕਸਟਰਾਆਰਡੀਨਰੀ। ਅਤੇ ਐਵੇਂ ਜਦੋਂ ਤੁਹਾਡੀ ਕੋਈ ਮੂਵੀ ਆਉਂਦੀ ਹੈ ਜਾਂ ਕਿਸੇ ਵੀ ਪ੍ਰੋਜੈਕਟ ਦੇ ਉੱਤੇ ਕੰਮ ਕਰਦੇ ਹੋ, ਤੁਹਾਨੂੰ ਤੁਹਾਡੇ ਦੋਸਤ ਜਿਹੜੇ ਬਹੁਤ ਜ਼ਿਆਦਾ ਕਰੀਬ ਨੇ, ਉਹਨਾਂ ਨੇ ਓਨੈਸਟਲੀ ਤੁਹਾਨੂੰ ਕਦੇ ਕਿਹਾ ਕਿ ਨਹੀਂ ਯਾਰ ਐਵੇਂ ਗੱਲ ਨਹੀਂ ਬਣੀ ਇੱਦਾਂ? ਕਦੇ ਕੁਛ ਕਹਿ ਦਿੰਦੇ ਆ ਕਦੇ ਕਰੀ? ਉਹ ਇੱਦਾਂ ਨਹੀਂ ਗਾ ਵੀ ਹਰੇਕ ਚੀਜ਼ ਸਾਡੀ ਚੱਲਦੀ ਹੈ ਜਾਂ ਬਹੁਤ ਐਕਸਟਰਾਆਰਡਨਰੀ ਬਣ ਜਾਂਦੀਆਂ ਨੇ, ਕਈ ਵਾਰੀ ਹੁੰਦਾ ਗਲਤੀਆਂ ਹੋ ਜਾਂਦੀਆਂ ਨਾ ਤੁਹਾਡੇ ਤੋਂ, ਖੁਦ ਤੋਂ ਹੋ ਜਾਂਦੀਆਂ, ਜਾਂ ਕਈ ਵਾਰੀ ਫਿਲਮ ਪੂਰੀ ਮਤਲਬ 101% ਰਿਜ਼ਲਟ ਉਦਾਂ ਨਹੀਂ ਆਉਂਦਾ, ਤੁਸੀਂ ਮਿਹਨਤ 101% ਕੀਤੀ ਹੁੰਦੀ ਉਦਾਂ ਦੀ। ਬਟ ਇੱਦਾਂ ਮਤਲਬ ਐਸਾ 'ਚ ਉਹਨਾਂ ਨੇ ਕਦੇ ਇੱਦਾਂ ਗਲਤੀਆਂ ਨਹੀਂ ਕੱਢੀਆਂ ਵੀ ਆਹ ਤੂੰ ਕੀ ਕਰਤਾ ਜਾਂ ਕੁਛ ਕਰਤਾ, ਕਿਉਂਕਿ ਉਹਨਾਂ ਨੂੰ ਵੀ ਪਤਾ ਹੁੰਦਾ ਵੀ ਮਿਹਨਤ ਕੀਤੀ ਹੋਈ ਆ ਤੁਸੀਂ। ਬਟ ਉਹ ਇੱਦਾਂ ਜ਼ਰੂਰ ਸਲਾਹਾਂ ਦੇ ਦਿੰਦੇ ਆ ਵੀ ਆਪਾਂ ਅਵੋਇਡ ਕਰੀਏ ਅੱਗੇ ਤੋਂ ਇੱਦਾਂ ਦੀ ਫਿਲਮਾਂ, ਆਪਾਂ ਇੱਦਾਂ ਦਾ ਕੁਛ ਹੀ ਕਰੀਏ, ਜੇ ਇੱਦਾਂ ਦਾ ਕੁਛ ਨਹੀਂ ਚੱਲਦਾ ਕਈ ਵਾਰ ਮੈਨੂੰ ਨਾ ਵੀ ਐਕਸਪੈਰੀਮੈਂਟ ਕਰ ਲਈਏ ਜਾਂ ਕੁਛ ਨਾ ਕੁਛ ਨਵਾਂ ਕਰ ਲਈਏ, ਉਹ ਕਹਿੰਦੇ ਵੀ ਤੂੰ ਛੱਡ ਨਵੇਂ ਨੂੰ, ਜੋ ਚੱਲਦਾ ਉਹ ਕਰ ਲਾ। ਸੋ ਇੱਦਾਂ ਕਹਿਣ ਨਾਲ ਹੈਗੇ ਮੇਰੇ ਨਾਲ ਬਥੇਰੇ, ਪਰ ਕਰਨੀ ਤਾਂ ਮੈਂ ਆਪਣੇ ਮਨ ਦੀ ਹੁੰਦੀ ਹੈ। ਅਤੇ ਐਮੀ ਜੀ, ਜੇ ਆਪਾਂ ਗੱਲ ਕਰੀਏ ਤੁਹਾਡੀ ਮੂਵੀ ਹਰਜੀਤਾ ਦੀ, ਉਹਨੇ ਨੈਸ਼ਨਲ ਅਵਾਰਡ ਜਿੱਤਿਆ ਸੀਗਾ, ਪਰ ਜੇ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇੰਨਾ ਖਾਸ ਕਮਾਲ ਨਹੀਂ ਕਰ ਪਾਈ ਸੀ। ਕਿ ਲੱਗਦਾ ਜਦੋਂ ਆਪਾਂ ਆਡੀਅੰਸ ਨੂੰ ਕੁਛ ਚੀਜ਼ ਸਰਵ ਕਰਦੇ ਹਾਂ, ਉਹਨਾਂ ਨੂੰ ਕੋਈ ਨਾ ਕੋਈ ਕਮੀ ਆ ਜਾਂਦੀ ਉਹਦੇ ਵਿੱਚ, ਜਾਂ ਉਹਨਾਂ ਨੂੰ ਪਸੰਦ ਨਹੀਂ ਆਉਂਦੀ, ਤਾਂ ਅੱਗੇ ਵਾਸਤੇ ਕੀ ਸਿੱਖ ਮਿਲਦੀ ਹੈ ਇਸ ਚੀਜ਼ ਤੋਂ? ਇੱਦਾਂ ਨਹੀਂ, ਮਤਲਬ ਤੁਸੀਂ ਮਿਹਨਤ ਤਾਂ ਆਪਣੀ ਜਾਰੀ ਰੱਖਣੀ ਚਾਹੀਦੀ, ਤੁਸੀਂ ਕੁਛ ਨਾ ਕੁਛ ਨਵਾਂ ਤਾਂ ਕਰਦੇ ਰਹੋ। ਹਾਂ, ਕੋਈ ਨਾ ਕੋਈ ਕਮੀ ਹੋਊਗੀ ਡੈਫੀਨੇਟਲੀ, ਤਾਂ ਨਹੀਂ ਫਿਲਮ ਵਰਕ ਕੀਤੀ ਉਹ, ਜਾਂ ਮਤਲਬ ਕਹਿ ਸਕਦੇ ਹਾਂ ਅਸੀਂ ਵੀ ਸਾਡੇ ਤੋਂ ਨਹੀਂ ਬੈਟਰ ਬਣ ਪਾਈ ਹੋਣੀ ਫਿਲਮ, ਸਾਡੇ 'ਚ ਕੋਈ ਨਾ ਕੋਈ ਗਲਤੀ ਹੋਊਗੀ। ਅਤੇ ਬਟ ਮਿਹਨਤ ਉਹ ਜੀ ਵੀ ਕੀਤੀ ਗਈ ਸੀ, ਅਸੀਂ ਅੱਗੋਂ ਵੀ ਆਪਣੀਆਂ ਜਾਰੀ ਰੱਖਾਂਗੇ ਜੀ, ਕੁਛ ਨਾ ਕੁਛ ਨਵਾਂ ਐਕਸਟਰਾਆਰਡਨਰੀ ਕਰਨ ਦੀ ਟਰਾਈ ਕਰਦੇ ਰਹਾਂਗੇ। ਜਦੋਂ ਅਸੀਂ ਕਿਸਮਤ ਵੀ ਫਿਲਮ ਸ਼ੁਰੂ ਕੀਤੀ ਸੀ, ਪਹਿਲਾਂ ਕਿਸਮਤ ਰਿਲੀਜ਼ ਹੋਈ ਸੀ, ਉਦੋਂ ਜਦੋਂ ਹੋਣਾ ਸੀ ਉਦੋਂ ਇਹ ਸੋਚਦੇ ਸੀਗੇ ਯਾਰ ਪਤਾ ਨਹੀਂ ਹੁਣ ਇਹ ਇਮੋਸ਼ਨਲ ਜੀ ਫਿਲਮ ਹੈ, ਮਤਲਬ ਕੌਮੇਡੀ ਉਸ ਟਾਈਪ ਦੀ ਨਹੀਂ ਜਿੱਦਾਂ ਦੀ ਪੰਜਾਬ ਦੇ ਲੋਕ ਪਸੰਦ ਕਰਦੇ ਹਨ, ਮਾਈਟ ਵੀ ਵਰਕ ਕਰੂਗੀ ਜਾਂ ਨਹੀਂ ਕਰੂਗੀ। ਬਟ ਉਹ ਫਿਲਮ ਵਰਕ ਕੀਤੀ, ਫਿਰ ਉਹ ਇੱਕ ਨਵਾਂ ਜਿਹਾ ਸਿਨੇਮਾ ਖੁੱਲ੍ਹ ਗਿਆ ਨਾ, ਜਿਵੇਂ ਦਾ ਜਗਦੀਪ ਭਾਅ ਜੀ ਬਣਾਉਂਦਾ ਹੁੰਦਾ। ਸੋ ਉੱਦਾਂ ਦੇ ਫਿਰ ਕੁਛ ਨਾ ਕੁਛ ਤੁਹਾਨੂੰ ਨਾ ਰਿਸਕ ਤਾਂ ਲੈਣੇ ਪੈਂਦੇ ਜ਼ਿੰਦਗੀ ਦੇ ਵਿੱਚ, ਜੇ ਆਪਣੇ ਤੁਸੀਂ ਆਪਣੇ ਆਪ ਨੂੰ ਵੱਡੇ ਬਣਾਉਣਾ ਹੈ ਜਾਂ ਆਪਣੇ ਸਿਨੇਮਾ ਨੂੰ ਵੱਡੇ ਕਰਨਾ। ਹੁਣ ਜਿਵੇਂ ਨੈਕਸਟ ਈਅਰ ਅਸੀਂ ਕੁਛ ਨਾ ਕੁਛ ਪਲਾਨ ਕਰੀ ਜਾਂਦੇ ਹਾਂ, ਕੁਛ ਆਪਣਾ ਹਿਸਟਰੀ 'ਤੇ ਬਣਾਈਏ, ਹੈ ਨਾ, ਅਤੇ ਉਹ ਥੋੜ੍ਹਾ ਜਿਹਾ ਬਣੂੰਗਾ ਮਹਿੰਗਾ ਜੋ ਚੱਲਦਾ ਪਿਆ, ਅਤੇ ਉਹਦੇ ਨਾਲ ਉਹ ਟਾਈਮ ਕੰਜ਼ਿਊਮਿੰਗ ਵੀ ਥੋੜ੍ਹਾ ਜ਼ਿਆਦਾ ਹੋਊਗਾ। ਬਟ ਉਹਦਾ ਰਿਜ਼ਲਟ ਹੁਣ ਉਹ ਮਾਲਕ ਦੇ ਹੱਥ ਹੈ ਜਾਂ ਆਪਣੇ ਲੋਕਾਂ ਦੇ ਹੱਥ ਹੈ, ਬਟ ਅਸੀਂ ਕੁਛ ਨਾ ਕੁਛ ਜਿਵੇਂ ਕਹਿੰਦੇ ਨੇ ਅੱਡੀਆਂ ਚੱਕ ਕੇ ਫਾਹ ਲੈਣਾ ਉਹ ਲਵਾਂਗੇ ਤੁਸੀਂ। ਬਿਲਕੁਲ, ਜਿੱਦਾਂ ਉਹਦਾ ਕੰਟੈਂਟ ਵੀ ਜਿਹੜਾ ਸੀਗਾ ਕਾਫੀ ਵਧੀਆ ਸੀ, ਪਰ ਆਡੀਅੰਸ ਵੱਲੋਂ ਕਿਤੇ ਨਾ ਕਿਤੇ ਉਹਨੂੰ ਨਹੀਂ ਪਸੰਦ ਕੀਤਾ ਗਿਆ, ਜਾਂ ਕਹਿ ਲਈਏ ਬਾਕਸ ਆਫਿਸ 'ਤੇ ਇੰਨਾ ਕਮਾਲ ਨਹੀਂ ਕਰ ਪਾਈ ਸੀ ਉਹ, ਹੈ ਨਾ। ਅਤੇ ਤੁਹਾਨੂੰ ਕੀ ਲੱਗਦਾ ਇਨ ਫਿਊਚਰ ਐਵੇਂ ਦੀਆਂ ਪ੍ਰੋਜੈਕਟਸ ਜਿਹੜੇ ਹੈਗੇ ਉਹਦੇ 'ਤੇ ਵਰਕ ਹੋਣਾ ਚਾਹੀਦਾ? 101% ਬਣਾਵਾਂਗੇ ਜੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ। ਹੁਣ ਜਿੱਦਾਂ ਆਪਾਂ ਸਾਊਥ ਸਿਨੇਮਾ ਦੀ ਗੱਲ ਕਰਦੇ ਹਾਂ, KGF ਦੀ ਗੱਲ ਕਰਦੇ ਹਾਂ, KGF ਦਾ ਪੰਜਾਬ ਦਾ ਆਪਣੇ ਪੰਜਾਬ ਦੀ ਆਪਾਂ ਗੱਲ ਕਰਦੇ ਨੇ, 6 ਕਰੋੜ ਰੁਪਏ ਦੀ ਓਪਨਿੰਗ ਸੀ। ਓਪਨਿੰਗ 6 ਕਰੋੜ ਰੁਪਏ ਦੀ ਸੀ, ਜਿਹੜੀ ਪੰਜਾਬੀ ਫਿਲਮ ਦੀ ਅੱਜ ਤੱਕ ਨਹੀਂ ਲੱਗੀ। ਪੰਜਾਬੀ ਫਿਲਮ ਹਾਈਐਸਟ ਆਈ ਥਿੰਕ ਸੋ ਮੇ ਬੀ, ਜਾਂ ਹੌਂਸਲਾ ਸੀ ਜਾਂ ਕੈਰੀਨ ਜੱਟਾ ਜਾਂ ਸੌਂਕਣ ਸੌਂਕਣ ਦੇ ਵਿੱਚੋਂ, ਇਹਨਾਂ ਦੀਆਂ ਸੇਮ ਜੀ ਸੀਗੀਆਂ, 2.5-3, 2.5-3 ਸਭ ਦੀਆਂ ਸੇਮ ਹੀ ਸੀਗੀਆਂ। ਸੋ
ਜੇ ਕਹਿ ਦਈਏ ਵੀ ਉਹ ਮਤਲਬ ਐਡੇ ਇਸ ਲੈਵਲ ਦੀ ਫਿਲਮ ਬਣਾਵਾਂਗੇ ਵੀ ਪੰਜਾਬ ਦੇ ਵਿੱਚ ਕੈਲੀਬਰ ਹੈਗਾ ਲੋਕਾਂ ਦਾ, 6 ਕਰੋੜ ਰੁਪਈਆ ਪਹਿਲੇ ਦਿਨ ਦਾ ਜਾ ਸਕਦਾ ਜੇ ਅਸੀਂ ਉਸ ਲੈਵਲ ਦੀ ਫਿਲਮ ਬਣਾ ਦੇਵਾਂਗੇ। ਬਿਲਕੁਲ। ਅਤੇ ਉਹਨਾਂ ਕੋਲ ਤਾਂ ਉਹਨਾਂ ਨੇ ਤਾਂ ਸਾਊਥ ਵਾਲਿਆਂ ਨੇ ਤਾਂ ਫਿਕਸ਼ਨ ਬਣਾਈ ਹੈ, ਸਾਡੇ ਕੋਲ ਸਾਡੀ ਹਿਸਟਰੀ ਹੈਗੀ ਆ, ਵੀ ਹੈਵ ਆਰ ਹਿਸਟਰੀ। ਜਾਂ ਆਪਣੇ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ, ਹਰੀ ਸਿੰਘ ਨਲਵੀ ਦੀ ਗੱਲ ਕਰਦੇ ਹਾਂ, ਪੁਰਾਣੀਆਂ ਚੀਜ਼ਾਂ ਦੀ ਗੱਲ ਕਰਦੇ ਹਾਂ। ਸੋ ਉਹ ਸਾਡੇ ਕੋਲ ਹੈਗੀਆਂ ਚੀਜ਼ਾਂ ਬਣਾਉਣ ਲਈ, ਸਾਡੇ ਕੋਲ ਸਾਡੀ ਹਿਸਟਰੀ ਆ, ਸਾਡੇ ਕੋਲ ਸਾਡਾ ਵਿਰਸਾ ਹੈ। ਸੋ ਡੈਫੀਨੇਟਲੀ ਵੀ ਗੋਇੰ ਟੂ ਡੂ ਦੈਟ ਮੇਬੀ ਲਾਈਕ ਇਨ ਅ 1 ਔਰ 2 ਇਅਰਸ। ਪੰਜਾਬੀ ਇੰਡਸਟਰੀ ਕੋਲ ਕਹਿ ਲਈਏ ਕਿ ਕੰਟੈਂਟ ਤਾਂ ਬਹੁਤ ਜ਼ਿਆਦਾ ਪਿਆ ਹੋਇਆ, ਪਰ ਜਿੱਦਾਂ ਬੈਕ ਟੂ ਬੈਕ ਮੂਵੀਜ਼ ਰਿਲੀਜ਼ ਹੋ ਰਹੀਆਂ ਨੇ ਸੇਮ ਡੇਟ ਦੇ ਉੱਤੇ, ਕਿਤੇ ਨਾ ਕਿਤੇ ਘਾਟਾ ਲੱਗਦਾ ਕਿ ਆਡੀਅੰਸ ਵੀ ਕਨਫਿਊਜ਼ ਹੋ ਰਹੀ ਹੈ ਕਿ ਆਪਾਂ ਕਿਹੜੀ ਫਿਲਮ ਨੂੰ ਪਹਿਲ ਦੇ ਨਾਲ ਦੇਖੀਏ ਅਤੇ ਕਿਹੜੀ ਫਿਲਮ ਨੂੰ ਆਪਾਂ ਬਾਅਦ ਵਿੱਚ ਦੇਖੀਏ, ਜਾਂ ਕਿਤੇ ਨਾ ਕਿਤੇ ਇਹ ਲੱਗਦਾ ਕਿ ਲੋਕਡਾਊਨ ਦਾ ਜਿਹੜਾ ਅਸਰ ਇਹਦੇ 'ਚ ਦੇਖਣ ਨੂੰ ਮਿਲ ਰਿਹਾ। ਲੋਕਡਾਊਨ ਦਾ ਹੀ ਹੈ ਸਪੈਸ਼ਲੀ। ਹੁਣ ਤੁਸੀਂ ਅੱਜ ਦੀ ਆਪਾਂ ਲਾਲ ਸਿੰਘ ਚੱਡਾ ਦੇ ਰਕਸ਼ਾਬੰਧਨ ਦੀ ਵੀ ਗੱਲ ਕਰਦੇ ਹਾਂ, ਕਿਹੜੇ ਵੇਲੇ ਦੀਆਂ ਬਣੀਆਂ ਪਈਆਂ, ਹੈ ਨਾ, ਕਦੋਂ ਦੀ ਰਿਲੀਜ਼ ਹੋ ਜਾਣੀਆਂ ਸੀਗੀਆਂ। ਬਟ ਹੁਣ ਡੇਟਸ ਤੁਸੀਂ ਲਾ ਲਓ ਜੀ, 52 ਹਫ਼ਤੇ ਹੁੰਦੇ ਆ ਆਪਣੇ ਕੋਲ, 52 ਹਫ਼ਤੇ ਆ। 52 ਹਫ਼ਤਿਆਂ ਦੇ ਵਿੱਚੋਂ ਆਪਾਂ ਨਵੰਬਰ, ਦਸੰਬਰ, ਜਨਵਰੀ, ਫੈਬਰਵਰੀ ਆਪਾਂ ਘੱਟ ਆਉਂਦੇ ਹਾਂ, ਹੈ ਨਾ, ਆਹ 4 ਮਹੀਨੇ। ਸੋ ਤੁਸੀਂ ਲਾ ਲਓ ਆਹ 4 × 16 ਇਹ ਕੱਢ ਦਿਓ, 52 × 16 ਨਿਕਲ ਗਏ, ਕਿੰਨੀਆਂ ਕੁ ਰਹਿ ਗਏ ਵਿੱਚ, 35-36 ਵੀ ਘਰ ਰਹਿ ਜਾਂਦੀਆਂ। ਅਤੇ ਉਦੋਂ ਮੁੜ ਕੇ ਉਹਨਾਂ ਦੇ ਵਿੱਚ ਆਪਣੇ ਕੋਲ ਘੱਟੋ ਘੱਟ ਪੰਜਾਬੀ ਇੰਡਸਟਰੀ ਕੋਲ 90-95 ਫਿਲਮਾਂ ਹੁੰਦੀਆਂ, ਅਤੇ ਉਹ 35 ਵੀਕਾਂ 'ਚ ਪਾਉਣੀਆਂ ਤੁਸੀਂ। ਪਰ ਜਦੋਂ ਇੱਕੋ ਹੀ ਸਾਰ ਜਿਹੜੀਆਂ ਫਿਲਮਸ ਆ ਜਾਂਦੀਆਂ ਨੇ ਇੱਕੋ ਹੀ ਡੇਟ ਦੇ ਉੱਤੇ, ਪੰਜਾਬੀ ਇੰਡਸਟਰੀ ਲੋਕਾਂ ਦੇ ਦੇਖਣ ਦੇ ਅਨੁਸਾਰ ਤਾਂ ਇਹ ਸਾਰੀ ਇੱਕੋ ਹੀ ਹੈ ਨਾ, ਅਤੇ ਉਹਦੇ ਵਿੱਚ ਕਿੰਨਾ ਕੁ ਤੁਸੀਂ ਦੇਖਦੇ ਹੋ ਕਿ ਕਿੰਨਾ ਕੁ ਇਹਦੇ ਨਾਲ ਕਮੀ ਆ ਸਕਦੀ ਹੈ ਜਿਹੜੀ ਬੋਕਸ ਆਫਿਸ ਦੇ ਉੱਤੇ? ਹੁਣ ਤੁਸੀਂ ਸਭ ਤੋਂ ਵੱਡੀ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ, ਤੁਸੀਂ ਗਦਰ ਫਿਲਮ ਦੇਖੀ ਹੈ? ਲਗਾਨ ਦੇਖੀ ਹੈ? ਜੀ। ਸੇਮ ਡੇ ਆਈਆਂ ਦੋਨੇ। ਅਰਦਾਸ ਦੇਖੀ? ਬਿਲਕੁਲ। ਲਾਪੰਜਾ ਦੇਖੀ? ਸੇਮ ਡੇ। ਸੇਮ ਡੇ। ਬਟ ਗੱਲ ਇਹ ਹੈ, ਜੇ ਤੁਹਾਡਾ ਕੰਟੈਂਟ ਵਧੀਆ ਹੋਊਗਾ ਤਾਂ ਦੋਨੇ ਫਿਲਮਾਂ ਚੱਲ ਜਾਣੀਆਂ। ਪਰ ਆਡੀਅੰਸ ਕਨਫਿਊਜ਼ ਹੋ ਰਹੀ ਹੈ? ਨਹੀਂ, ਇਦਾਂ ਹੁੰਦਾ, ਇਦਾਂ ਨਹੀਂ ਹੁੰਦਾ ਹੁੰਦਾ ਜੇ ਤੁਸੀਂ, ਹਾਂ, ਆਡੀਅੰਸ ਫਸਟ ਡੇ ਕਨਫਿਊਜ਼ ਹੋ ਜੂਗੀ, ਸੈਕਿੰਡ ਡੇ ਉਹਨਾਂ ਨੂੰ ਜਦੋਂ ਦੂਜੀ ਫਿਲਮ ਅਪਰੀਸ਼ੀਏਟ ਕਰਤੀ ਕਿਸੇ ਬੰਦੇ ਨੇ ਤਾਂ ਉਹਨਾਂ ਨੇ ਉਹ ਵੀ ਦੇਖਣੀ ਆ। ਹਾਂ, ਕੰਟੈਂਟ ਵਧੀਆ ਹੋਊਗਾ, ਡੈਫੀਨੇਟਲੀ ਫਿਲਮ ਦੇਖੀ ਜਾਊਗੀ। ਹਾਂ, ਵੀ ਜਦੋਂ ਵੱਡੀਆਂ ਫਿਲਮਾਂ ਕਹਿ ਲਓ ਤੁਸੀਂ, ਐਕਸਟਰਾਡਨਰੀ ਮਤਲਬ ਆਰਟਿਸਟਾਂ ਦੀਆਂ ਪੰਜਾਬ 'ਚ, ਕਿਉਂਕਿ ਆਪਾਂ ਆਪ ਹੀ ਥੋੜ੍ਹੇ ਜਿਹੇ ਤਾਂ ਹੈਗੇ ਹਾਂ ਅਤੇ ਥੋੜ੍ਹੇ ਜਿਹੇ ਆਰਟਿਸਟ ਨੇ ਪੰਜਾਬ ਦੇ ਵਿੱਚ ਵੀ, ਅਤੇ ਉਹਨਾਂ ਦੀ ਆਪਸ 'ਚ ਆਉਣਗੀਆਂ, ਉਹਦੇ 'ਚ ਨੁਕਸਾਨ ਜ਼ਰੂਰ ਆ ਪਹਿਲੇ ਇੱਕ ਦੂਜੇ ਦਿਨ ਦਾ, ਬਾਕੀ ਓਵਰਆਲ ਜੇ ਤੁਸੀਂ ਕੱਢਾਂਗੇ ਕੱਲ੍ਹ ਨੂੰ ਸਮ ਅਪ ਕਰ ਲਿਆਂਗੇ ਫਿਲਮ ਨੂੰ, ਤੁਸੀਂ ਐਂਡ ਦੇ ਵਿੱਚ ਟੋਟਲ ਕੱਢ ਲਉਂਗੇ ਅਤੇ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ। ਪਰ ਕਿਤੇ ਨਾ ਕਿਤੇ ਐਮੀ ਜੀ ਅਤੇ ਨੀਰੂ ਜੀ, ਜੇ ਆਪਾਂ ਦੇਖੀਏ ਕਿ ਸਿੱਧੂ ਮੂਸੇਵਾਲਾ ਜੀ ਦੀ ਮੌਤ ਤੋਂ ਬਾਅਦ ਵੀ ਜਿਹੜਾ ਪੰਜਾਬੀ ਜਿਹੜੇ ਹੈਗੇ ਨੇ ਸਾਡੇ, ਉਹਨਾਂ ਨੇ ਵੀ ਕਾਫੀ ਘੱਟ ਰੁਝਾਨ ਦਿਖਾਉਣਾ ਸ਼ੁਰੂ ਕਰ ਦਿੱਤਾ ਸਿਨੇਮਾ ਦੇ ਵਿੱਚ, ਇਹਦਾ ਵੀ ਅਸਰ ਦੇਖਦੇ ਹੋ ਕਿਤੇ ਨਾ ਕਿਤੇ? 101% ਪਿਆ ਜੀ ਇਸ ਚੀਜ਼ ਦਾ, ਪਿਆ ਫਰਕ, ਕਿਉਂਕਿ ਉਸ ਤੋਂ ਬਾਅਦ 'ਚ ਫਿਲਮਾਂ ਦੀ ਗੱਲ ਕਰੀਏ ਆਪਾਂ, ਚਲੋ ਮੈਂ ਸ਼ੇਰ ਬੱਗਾ ਜਾਂ ਬਾਜਰੇ ਸਿੱਟੇ ਦੀ ਗੱਲ ਕਰਦਾ, ਬਾਜਰੇ ਸਿੱਟਾ ਨੂੰ ਉਨਾ ਵਧੀਆ ਰਿਸਪੋਂਸ ਨਹੀਂ ਮਿਲਿਆ, ਬਟ ਉਹ ਫਿਲਮ ਬਹੁਤ ਜ਼ਿਆਦਾ ਵਧੀਆ ਸੀ। ਮੈਂ ਪਰਸਨਲ ਆਪਣੀ ਮੈਂ ਪਰਸਨਲ ਫੇਵਰੇਟ ਦੀ ਫਿਲਮ ਗੱਲ ਕਰਾਂ, ਪਿਛਲੇ ਕਾਫੀ ਸਮੇਂ ਤੋਂ ਮੇਰੀ ਜਿਹੜੀ ਪਸੰਦੀਦਾ ਫਿਲਮ, ਮੈਨੂੰ ਸਿਨੇਮਾ 'ਚ ਵੇਖ ਕੇ 2 ਜਾਂ 3 ਵਾਰ ਵੇਖ ਕੇ ਸੇਮ ਫੀਲ ਆਈ ਹੈ, ਸੇਮ ਵਧੀਆ ਲੱਗੀ ਹੈ, ਅਤੇ ਉਹ ਬਾਜਰੇ ਦਾ ਸਿੱਟਾ ਸੀ। ਅਤੇ ਉਸ ਨੂੰ ਵੀ ਨਹੀਂ ਮਤਲਬ ਵੇਖਿਆ ਗਿਆ, ਮਾਈਟ ਵੀ ਕੁਛ ਨਾ ਕੁਛ ਮਤਲਬ ਅਜੇ ਹੈਗਾ ਸੀਗਾ, ਪਤਾ ਨਹੀਂ ਹੁਣ ਰਾਈਟ ਨਾ ਹੁਣ ਕੀ ਬਣਦਾ ਹੈ, ਹੁਣ ਮਤਲਬ ਲੋਕ ਜਾਣਾ ਪਸੰਦ ਕਰਦੇ ਆ ਕਿ ਨਹੀਂ ਕਰਦੇ, ਉਹ ਅਜੇ ਮਾਲਕ ਮਿਹਰ ਕਰੂਗਾ ਕਿ ਕੋਈ ਬਹੁਤ ਹੀ ਐਕਸਟਰਾਆਰਡਨਰੀ ਫਿਲਮ ਆਊਗੀ ਅਤੇ ਉਹਨੂੰ ਲੋਕ ਜਾਣਗੇ, ਤੁਸੀਂ ਉਮੀਦ ਕਰਦੇ ਹਾਂ ਲੌਂਗ ਲਾਚੀ 19th ਨੂੰ ਆ ਜਾਣੀ ਹੈ, ਇਹਨੂੰ ਲੋਕ ਦੇਖਣ ਜਾਣਗੇ। ਅਤੇ ਤੁਹਾਡਾ ਕੀ ਮੈਮ ਓਪੀਨੀਅਨ ਹੈਗਾ ਇਸ ਚੀਜ਼ ਦੇ ਉੱਤੇ? ਜੋ ਇਫੈਕਟ ਸਾਰਿਆਂ ਨੂੰ ਕੀਤਾ ਸੀ, ਉਹਨਾਂ ਦੀ ਡੈਥ ਨੇ ਮੈਨੂੰ ਵੀ ਕੀਤਾ, ਮੇਰੇ ਪਰਿਵਾਰ ਨੂੰ ਕੀਤਾ, ਸਾਰਿਆਂ ਨੇ ਫੀਲ ਕੀਤਾ। ਸੋ ਓਬਵੀਅਸਲੀ ਅਫੈਕਟ ਤਾਂ ਹੈ, ਬਟ ਜਿਵੇਂ ਐਮੀ ਜੀ ਨੇ ਕਿਹਾ ਕਿ ਬਾਜ ਦਾ ਸਿੱਟਾ ਓਬਵੀਅਸਲੀ, ਬਟ ਆਈ ਡੋਂਟ ਨੋ ਕਿ ਐਗਜ਼ੈਕਟਲੀ ਬਿਕਾਜ਼ ਆਫ ਦੈਟ, ਬਟ ਅਫੈਕਟ ਤਾਂ ਜ਼ਰੂਰ ਕੀਤਾ ਸਾਰਿਆਂ ਨੂੰ। ਤੇ ਅੱਗੇ ਅਸੀਂ ਗੱਲ ਕਰੀਏ ਜਿੱਦਾਂ ਤੁਹਾਡੀ ਲੌਂਗ ਲੈਚੀ 2 ਮੂਵੀ ਦੀ, ਐਮੀ ਜੀ ਇਹਦੇ ਵਿੱਚ ਤੁਸੀਂ ਕੋਈ ਆਪਣਾ ਸੌਂਗ ਕੀਤਾ? ਜੀ, ਮੇਰਾ ਐਸ ਐਸ ਕੋਈ ਪਰਸਨਲ ਫਿਲਮ ਦੇ ਵਿੱਚ ਨਹੀਂ ਗਾ, ਫਿਲਮ ਦੇ ਵਿੱਚ ਤਾਂ ਜਿਵੇਂ ਲੌਂਗ ਲੈਚੀ 2 ਆਲਰੇਡੀ ਰਿਲੀਜ਼ ਹੋ ਚੁੱਕਿਆ ਹੈ, ਇੱਕ ਪਵਿੱਤਰ ਰਸੋਈ ਵੀਰੇ ਦਾ ਗਾਣਾ ਰਿਲੀਜ਼ ਹੋ ਚੁੱਕਿਆ ਹੈ ਨਾ, ਗੁੜਤੀ, ਉਹ ਬਹੁਤ ਹੀ ਪਿਆਰਾ ਗਾਣਾ ਪਿਆ ਜੀ ਉਹਨਾਂ ਦਾ, ਅਤੇ ਅੱਜ ਸੈਡ ਸੌਂਗ ਰਿਲੀਜ਼ ਹੋ ਜਾਣਾ ਅੱਜ, ਅਤੇ ਇਸ ਤੋਂ ਬਾਅਦ 'ਚ ਸਿਮਰਨ ਭਾਰਦਵਾਜ ਦਾ ਇੱਕ ਹੋਰ ਸੌਂਗ ਹੈ ਬਹੁਤ ਵਧੀਆ, ਤਾੜੀਆਂ, ਉਹ ਰਿਲੀਜ਼ ਹੋ ਜੂਗਾ, ਅਤੇ ਅੱਜ ਜੀ ਖਾਨ ਵੀਰੇ ਨੇ ਗਾਇਆ ਜਿਹੜਾ ਸੈਡ ਸੌਂਗ ਰਿਲੀਜ਼ ਹੋਣਾ ਹੈ। ਸੋ ਮੇਰਾ ਪ੍ਰਮੋਸ਼ਨਲ ਸੌਂਗ ਹੈ ਫਿਲਮ ਦੇ ਵਿੱਚ, ਐਂਡ ਨੰਬਰ ਟਾਈਟਲਸ ਦੇ ਵਿੱਚ ਚੱਲੂਗਾ, ਫਿਲਮ ਦੇ ਵਿੱਚ ਐਸਾ 'ਚ ਮੇਰਾ ਕੋਈ ਕਰਨਾ ਹੈਗਾ। ਅਤੇ ਮੈਂ ਚਾਹੂੰਗੀ ਤੁਸੀਂ 2 ਕੁ ਲਾਈਨਾਂ ਜਿਹੜੀਆਂ ਸੁਣਾ ਕੇ ਜ਼ਰੂਰ। ਮੈਂ ਨਾ ਪਿਛਲੇ ਇੰਟਰਵਿਊ 'ਚ, ਮੇਰਾ ਭੈੜ ਆ ਮੇਰੀ, ਮੈਂ ਹੁਣ ਚੇਤੇ ਕਰੂੰਗਾ ਅਗਲੇ ਇੰਟਰਵਿਊ 'ਚ ਗਾਉਣ ਲਈ, ਮੈਂ ਤੁਹਾਨੂੰ ਮੈਂ ਤੁਹਾਨੂੰ ਕੁਛ ਹੋਰ ਸੁਣਾ ਦੇ। ਚਲੋ ਏਦਾਂ ਕਰੋ, ਜਿਹੜਾ ਗੁੜਤੀ ਸੌਂਗ ਆਇਆ ਹੈ ਤੁਹਾਡੀ ਮੂਵੀ ਦਾ, ਜੇ ਮੇਰੇ ਆਪ ਦਾ ਨਹੀਂ ਚੇਤੇ, ਮੈਂ ਪਵਿੱਤਰ ਵੀਰੇ ਦਾ, ਮੇਰੇ ਤੇ ਆਪ ਦਾ ਨਹੀਂ ਚੇਤੇ ਜੀ, ਮੈਂ ਪਿਛਲੇ 'ਚ ਵੀ ਚੇਤਾ ਭੁੱਲ ਗਿਆ ਗਾਉਂਦਾ ਗਾਉਂਦਾ, ਮੈਂ ਹੁਣ ਦੋਨੇ ਗਾਣੇ ਮੈਂ ਪਵਿੱਤਰ ਬਾਈ ਵਾਲਾ ਵੀ ਹੁਣ ਯਾਦ ਕਰਦਾ ਅਗਲੇ ਇੰਟਰਵਿਊ ਸੁਣਾਊਂਗਾ। ਹੁਣ ਕੋਈ ਵੀ ਸੁਣਾ ਦਿਓ ਹੁਣ ਤੁਸੀਂ, ਕਿਉਂਕਿ ਐਮੀ ਸਾਡੇ ਨਾਲ ਬੈਠੇ ਹੋ ਤਾਂ ਆਪਾਂ ਗਾਣਾ ਨਾ ਸੁਣੀਏ, ਹੋ ਨਹੀਂ ਸਕਦਾ। ਨਹੀਂ ਮੈਂ ਕੰਮ ਧੰਦੇ ਸਾਰੇ
तेरा हुसन है बर्फ जयाद की तप तप बन जाए भाफ नी मैं कम धंधे सारे छड के तेरी वंगता लैला नाप। इस गाने ना कोई खास कनेक्शन है? नहीं, मेरे चेती ये रह गई मेरे चेती ये है। मैं हरेक आही बहुत बहुत ही गालिया गाना, मैं नवा याद करता कोई ना कोई। मैं लाइव मतलब मैनू गाया नू प्रोग्राम 2017-18 च गाया जी, उदो मुड़ के मैं कभी गीत ही नहीं गाया, 3-4 साल हो गए सुखरे सबब बनया नहीं। हूँ मैं अगे 2024 दे विच 23 च प्रैक्टिस करूँगा, 24 दे विच मैं वर्ल्ड टूर लाऊंगा, फिर उस तो बाद तुहानू यूज टू हो जाऊंगा भी की सुनाने हूँ साल क्रेडिट्स लगाऊंगा। ते इस फिल्म दे विच कह लो कि बहुत ज़्यादा करीब तो दिखाया गया है 1947 का जो वंड हुई थी उस तो बाद दा है ना, ते तुसी इस मूवी दे विच फील करके आए उस चीज़ नू जो ओ सी सर्कमस्टेंसेस बने सीगे पंजाब दे विच, क्योंकि वो जो सेट बने गए, जो आर्ट डिपार्टमेंट ने रिसर्च की थी, पूरी टीम ने रिसर्च की थी, लाहौर भी अपना लाहौर का भी अपना सेट बनाया। सो तुसी लिटरली जो तुसी फिल्म देखोगे ट्रांसफॉर्म हो जाओगे। तो इदा का की सबब बनिया सीगा जिहड़ा मूवी दे विच मुस्लिम फैमिली बनना पिया सीगा, तो उहदे नाल जिहड़ा नाटक सारा शुरू होया 19 अगस्त। अंबर जी नूं पुछो ते उहनां दी फिल्मां दे विच मोस्टली टच हुंदा अंग्रेज़ दे विच, लाल तुसी उदों वंड दी गल हुई या वंड तो पहलों की लाहौर की फिल्म हुई वो मतलब सरहद की गल हुई। सो उन्होंने मतलब इदा दिन चीज़ा नेड़े पैदा ज मतलब मैं ला ला मेरा परिवार आप उधरों आया, सो सानू मतलब ये चीज़ा है ना कनैक्ट जहाँ करते हैं अं इन चीज़ा ना, सो चंगे लगते हैं इन्ना प्यार देंगे आप है ना। जो हम भी काम कर रहे हैं काफ़ी उन्होंने मतलब नासर भाजी होनी दफरी भाजी ने साढ़े काम किया, ठाकर साहब ने चल मेरा पुत सीरीज सारी काम किया, तो उन्होंने इन्ना प्यार दिता ऑलरेडी। सो अं उम्मीद करते हैं इस फिल्म अंबर जी ने कंट्रोल कर सकते मसा ही मतलब सीन पूरा कर दिया चेक कर लो जे तुहानू शक है तुसी चेक ही कर लो। तेरे मुरे दुने हाथ बने रब दा वास मैं कढवाया कह के ट्रेलर से, मैं कह नहीं भाजी देखना, मैं कह रखा ओदे विच की होया सीगा एक वर्ड वो हैगे आ तुसी फिल्म दे विच जाके देखोगे ना, काफी पंचेस ने ते स्पेशली जदों अमर जी मैनू पता ना होवे तुहानू भी इत्थे पंच आउणा, क्योंकि उन्होंने मौके ते हुण ओ ने अंबर भाजी ने लिखी एक चीज है ना, जो साडा पार्ट लिखा ओ असीं सुन लिया ਅਸੀਂ ਤਾਂ ਬੋਲਣਾ ਬੋਲਣਾ ਸਾਨੂੰ ਪਤਾ ਉਹ ਕੀ ਬੋਲਣਾ, ਕਿਉਂਕਿ ਉਹ ਆਪਦਾ ਜੋ ਬੋਲਦਾ ਉਹ ਕਈ ਵਾਰੀ ਯਕਦਮ ਆਪਦੇ ਕੋਲੋਂ ਹੀ ਬੋਲ ਦਿੰਦੇ ਆ, ਉੱਦਾਂ ਦੀ ਚੀਜ਼ ਉਹ ਫਿਰ ਚਲਦੀ ਚਲਦੀ ਹੱਸ ਆ ਜਾਂਦਾ ਹੈ, ਅਤੇ ਉਹ ਬਹੁਤ ਮੁਸ਼ਕਿਲ ਨਾਲ ਬੋਲਿਆ ਹੁੰਦਾ ਉਹਨਾਂ ਨੇ, ਅਤੇ ਜਦੋਂ ਅਗਲੀ ਵਾਰ ਕੋਈ ਟੇਕ ਦੁਬਾਰਾ ਸ਼ੁਰੂ ਹੋਣਾ ਉਦੋਂ ਕੁਛ ਹੋਰ ਬੋਲ ਦਿੰਦੇ ਆ, ਉਹ ਫਿਰ ਹੱਸ ਆ ਜਾਂਦਾ ਉਹ ਕੋਈ ਮਤਲਬ ਕਈ ਵਾਰੀ ਰਿਪੀਟ ਤਾਂ ਬਹੁਤ ਘੱਟ ਕਰਦੇ ਅੰਬਰ ਭਾਜੀ ਆਪਦੀ ਲਾਈਨ ਨਵੀਂ ਬੋਲਦੇ ਆ ਯਾਰੀ। ਲੌਂਗ ਲੈਚੀ ਵਨ ਸੀਗੀ ਉਹ ਬਹੁਤ ਹੀ ਸਾਦਗੀ ਭਰੀ ਫਿਲਮ ਸੀ, ਕੁਛ ਵੀ ਉਹਦੇ 'ਚ ਵਧਾ ਚੜਾ ਕੇ ਨਹੀਂ ਦਿਖਾਇਆ ਗਿਆ ਸੀ, ਇਸ ਕਰਕੇ ਆਡੀਅੰਸ ਵੱਲੋਂ ਉਹਨੂੰ ਖੂਬ ਪਸੰਦ ਕੀਤਾ ਗਿਆ ਸੀ, ਅਤੇ ਹੁਣ ਜਿਹੜੀ ਲੌਂਗ ਲੈਚੀ 2 ਮੂਵੀ ਆ ਰਹੀ ਹੈ ਇਹ ਤੋਂ ਤੁਹਾਨੂੰ ਕੀ ਉਮੀਦਾਂ ਨੇ? ਸਾਨੂੰ ਉਹਦੇ ਤੋਂ ਵੱਧ ਉਮੀਦਾਂ ਨੇ ਜੀ ਅਸੀਂ, ਅਤੇ ਕਿਉਂਕਿ ਉਸ ਤੋਂ ਮਤਲਬ ਵੱਧ ਅਵੇਅਰ ਹੋਇਆ ਲੋਕ ਸਿਨੇਮਾ ਲਈ ਹੈ ਨਾ, ਅਤੇ ਉਸ ਤੋਂ ਵੱਧ ਸਕਰੀਨ ਬਣ ਗਈਆਂ ਨਵੀਆਂ ਹੁਣ, ਅਤੇ ਆਈ ਹੋਪ ਵੀ ਉਸ ਫਿਲਮ ਨਾਲੋਂ ਇਸ ਫਿਲਮ ਨੂੰ ਲੋਕ ਵੱਧ ਦੇਖਣ ਜਾਣਗੇ, ਅਤੇ ਹੋਪਫੁਲੀ ਉਸ ਫਿਲਮ ਨਾਲੋਂ ਇਹਦਾ ਸਾਰਾ ਕੁਛ ਹੀ ਮਤਲਬ ਇੱਦਾਂ ਨਹੀਂ ਵੀ ਵਧਾ ਚੜਾ ਕੇ ਵਿਖਾਇਆ ਗਿਆ, ਬਟ ਕਾਸਟਿੰਗ ਪੁਆਇੰਟ ਆਫ ਵਿਊ ਤੋਂ ਵੀ ਵੱਡੀ ਹੋ ਗਈ ਫਿਲਮ, ਅਤੇ ਪ੍ਰੋਡਕਸ਼ਨ ਪੁਆਇੰਟ ਆਫ ਵਿਊ ਤੋਂ ਵੀ ਬਹੁਤ ਵੱਡੀ ਹੋ ਗਈ ਹੈ ਨਾ, ਅਤੇ ਹਰ ਚੀਜ਼ ਇਹਦੇ 'ਚ ਮਤਲਬ ਸੰਪੂਰਨ ਮਿਊਜ਼ਿਕ ਵੀ ਬਹੁਤ ਇਹਦਾ, ਅਤੇ ਹਰ ਇੱਕ ਪੰਜਾਬੀ ਨੂੰ ਵੀ ਇੱਕ ਮਤਲਬ ਇੱਕ ਪ੍ਰਾਊਡ ਤੁਸੀਂ ਫੀਲ ਕਰੋਗੇ ਕਿ ਉਹ ਸਾਡੀ ਵੀ ਫਿਲਮਾਂ ਇਸ ਲੈਵਲ 'ਤੇ ਬਣ ਸਕਦੀਆਂ ਨੇ, ਆਈ ਥਿੰਕ ਸੋ। ਸੋ ਇਹ ਸਨ ਸਾਡੇ ਨਾਲ ਲੌਂਗ ਲੈਚੀ 2 ਦੀ ਸਟਾਰਕਾਸਟ ਨੀਰੂ ਮੈਮ ਅਤੇ ਐਮੀ ਵਿਰਕ ਜੀ। ਸੋ 19 ਅਗਸਤ ਨੂੰ ਲੌਂਗ ਲੈਚੀ 2 ਮੂਵੀ ਰਿਲੀਜ਼ ਹੋ ਰਹੀ ਹੈ, ਅਤੇ ਤੁਸੀਂ ਵੀ ਆਪਣੀ ਫੈਮਿਲੀ ਦੇ ਨਾਲ ਮੂਵੀ ਜਾ ਕੇ ਜ਼ਰੂਰ ਦੇਖਿਓ। ਦੇਖਦੇ ਰਹੋ ਵਿਜ਼ਨ ਪੰਜਾਬ ਐਂਟਰਟੇਨਮੈਂਟ।